ਤੇਰੀ ਆਂਟੀ ਖੜ ਜਾ, ਆਂਟੀ ਬੜੀ ਕਾਲੀ ਸੀ। ਇੱਥੇ ਜਿਹੜੀ ਕੰਨਿਆ ਕੁਮਾਰੀ ਸੀਗੀ, ਮਤਲਬ ਦ ਵਰਜਨ ਪ੍ਰਿੰਸੈਸ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ। ਸੋ ਮੈਂ ਹਾਂ ਇਸ ਟਾਈਮ ਭਾਰਤ ਦੇ ਦੂਜੇ ਕੋਨੇ ਤੇ, ਕੰਨਿਆ ਕੁਮਾਰੀ ਜਿਹਨੂੰ ਕਹਿੰਦੇ ਆ ਦ ਵਰਜਨ ਪ੍ਰਿੰਸੈਸ, ਐਂਡ ਵੀ ਕਿਹਾ ਜਾਂਦਾ ਦ ਲੈਂਡ ਐਂਡ, ਕਿਉਂਕਿ ਇੱਥੇ ਧਰਤੀ ਇੱਕ ਤਰ੍ਹਾਂ ਖਤਮ ਹੋ ਜਾਂਦੀ। ਜੇ ਇਹਦੇ ਸਾਹਮਣੇ ਆਪਾਂ ਗੱਲ ਕਰੀਏ ਤਾਂ ਫਿਰ ਸਿੱਧਾ ਅੰਟਾਰਟਿਕਾ ਹੀ ਆਊਗਾ, 8-9 ਹਜ਼ਾਰ ਕਿਲੋਮੀਟਰ ਦੂਰ ਜਾਣ ਤੋਂ ਬਾਅਦ ਕੰਨਿਆ ਕੁਮਾਰੀ ਤੋਂ ਥੱਲੇ ਨੂੰ ਜੇ ਤੁਸੀਂ ਦੇਖੋਗੇ ਤਾਂ। ਸੋ ਇਹਦੇ ਅੰਦਰ ਇੱਕ ਵਿਵੇਕਾਨੰਦ ਜੀ ਦਾ ਮੋਨੂਮੈਂਟ ਬਣਿਆ ਹੋਇਆ, ਬਿਲਕੁਲ ਐਂਡ ਵਾਲੇ ਕੋਨੇ ਤੇ ਵੀ ਤੁਹਾਨੂੰ ਲੈ ਕੇ ਚੱਲਦਾ। ਕਹਿੰਦੇ ਆ ਕੰਨਿਆ ਕੁਮਾਰੀ ਦੇਖਣ, ਥੋੜ੍ਹਾ ਬਹੁਤ ਇੱਥੇ ਬਹੁਤਾ ਕੁਛ ਤਾਂ ਨਹੀਂ ਹੈਗਾ, ਪਰ ਨੋਰਮਲ ਜਾਂ ਠੀਕ ਠਾਕ ਇੱਥੇ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਮਿਲ ਜਾਣਗੀਆਂ ਦੇਖਣ ਨੂੰ। ਔਰ ਸਭ ਤੋਂ ਪਹਿਲਾਂ ਯਾਰ ਇੱਥੇ ਇੱਕ ਪੰਜਾਬੀ ਢਾਬਾ, ਉੱਥੇ ਚੱਲ ਕੇ ਪਰੌਂਠੇ ਖਾਣਾ ਅਤੇ ਨਾਲੇ ਪੀਣੇ ਆ ਚਾਹ। ਹੋਟਲ ਸੀਗਾ ਰਾਜਾ ਪੈਲਸ, ਔਰ ਇਹਦੇ ਵਿੱਚ ਸਾਰੇ ਨਾ ਨੋਨ ਏ ਸੀ ਰੂਮ ਆ। ਔਰ ਕੰਨਿਆ ਕੁਮਾਰੀ ਦਾ ਟੈਂਪਰੇਚਰ ਇੰਨਾ ਕੁ ਵਧੀਆ ਨਾ, ਇਸ ਟਾਈਮ ਵੀ ਇੱਥੇ 26-27 ਡਿਗਰੀ ਹੋਇਆ ਪਿਆ ਔਰ ਕੋਈ ਵੀ ਹਿਊਮਿਡਿਟੀ ਨਹੀਂ ਹੈਗੀ, ਤਾਂ ਕਰਕੇ ਮੈਨੂੰ ਵਧੀਆ ਲੱਗਿਆ। ਮਤਲਬ ਬਿਲਕੁਲ ਵੀ ਰਾਤ ਨੂੰ ਫੀਲ ਨਹੀਂ ਹੋਇਆ ਕਿ ਏ ਸੀ, ਵੈਸੇ ਮੈਂ ਏ ਸੀ ਦਾ ਟੈਂਪਰੇਚਰ 26-27 ਕਰਕੇ ਪੈਂਦਾ ਹੁੰਦਾ। ਸੋ ਮੈਂ ਤਾਂ ਕਰਕੇ ਇਹੀ ਲੈ ਲਿਆ ਸੀਗਾ ਜਦੋਂ ਮੌਸਮ ਚੈੱਕ ਕੀਤਾ, ਸੋ ਇਹ ਮੈਨੂੰ 600 ਦਾ ਪਿਆ। ਔਰ ਬਾਕੀ ਮਤਲਬ ਨੋਰਮਲੀ ਏ ਸੀ ਵਾਲਾ 850-850 ਦਾ ਸੀਗਾ। 1457 ਲਿਖਿਆ ਰਿਹਾ, 2000 ਬਾਅਦ ਆਟੋਮੈਟਿਕਲੀ ਰੀਸੈਟ ਹੋ ਜਾਂਦਾ। ਸੋ 3457 ਕਿਲੋਮੀਟਰ ਹੁਣ ਤੱਕ ਆਪਾਂ ਜਿਹੜੀ ਗੱਡੀ ਚਲਾ ਚੁੱਕੇ ਹਾਂ, ਔਰ 3457 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚੇ ਹਾਂ ਕੰਨਿਆ ਕੁਮਾਰੀ। ਇੱਥੇ ਆ ਕੇ ਜਿਹੜੀ ਰੋਡ ਆ ਉਹ ਵੀ ਐਂਡ ਹੋ ਜਾਂਦੀ ਹੈ ਨੈਸ਼ਨਲ ਹਾਈਵੇ 44, ਜਿਹੜੀ ਉੱਥੇ ਆਪਾਂ ਜਾਵਾਂਗੇ ਐਂਡ ਪੁਆਇੰਟ 'ਤੇ, ਜਿਹੜੀ ਕਿ ਸ਼੍ਰੀਨਗਰ ਤੋਂ ਚੱਲਦੀ ਆ। ਔਰ ਤਕਰੀਬਨ ਮੈਨੂੰ ਲੱਗਦਾ 3600 ਜਾਂ 3700 ਕਿਲੋਮੀਟਰ ਦੀ ਲੰਬੀ ਰੋਡ ਆ ਉਹ, ਇੰਡੀਆ ਦੀ ਸਭ ਤੋਂ ਲੰਬੀ ਰੋਡ ਹੋਊਗੀ ਮੇਰੇ ਹਿਸਾਬ ਨਾਲ। ਵੈਸੇ ਤਾਂ ਖੈਰ ਇੱਥੋਂ ਕੰਨਿਆਕੁਮਾਰੀ ਤੋਂ ਜੇ ਤੁਸੀਂ ਮਿਜ਼ੋਰਮ ਵਗੈਰਾ ਜਾਣਾ, ਇੰਡੀਆ ਦਾ ਹੀ ਪਾਰਟ ਆ, ਉਹ 4000 ਕਿਲੋਮੀਟਰ ਤੋਂ ਵੀ ਜ਼ਿਆਦਾ ਆ। ਸੋ ਮਤਲਬ 42-43-45 ਇੱਦਾਂ ਕੁਛ ਪੈਂਦਾ, ਮਤਲਬ ਬਹੁਤ ਲੰਬਾ ਚੌੜਾ ਯਾਰ ਇੰਡੀਆ ਦੀ। ਆ ਗਿਆ ਜੀ ਪੰਜਾਬੀ ਢਾਬਾ, ਸ਼ੁੱਧ ਸ਼ਾਕਾਹਾਰੀ ਭੋਜਨ। ਅਭੀ ਇਹਨਾਂ ਦਾ ਮੈਨਿਊ ਇਹ ਦੇਖ ਸਕਦੇ ਹੋ ਤੁਸੀਂ, ਇਹਦਾ ਮਤਲਬ ਆਰਡਰ ਦੂਜੇ ਆ। ਆਹ ਸਾਰਾ ਕੁਛ ਕੋਲਹਾਪੁਰੀ ਵੈਜ ਕੋਫਤਾ, ਜੀ ਬਿਲਕੁਲ। ਅਭੀ ਆਲੂ ਪਰਾਂਠਾ ਮਿਲ ਜਾਏਗਾ? ਠੀਕ ਹੈ, ਆਲੂ ਪਰਾਂਠਾ ਹੈ, ਆਲੂ ਮੀਨ ਪਰਾਂਠਾ ਹੈ, ਗੋਭੀ ਪਰਾਂਠਾ ਹੈ, ਮਿਕਸ ਪਰਾਂਠਾ ਵੀ ਹੈ। ਚਲੋ ਐਸਾ ਕਰੋ, ਆਲੂ ਪਰਾਂਠਾ ਦੇ ਦਿਓ ਚਾਏ ਕੇ ਸਾਥ, ਠੀਕ ਹੈ। ਆਲੂ ਪਰਾਂਠਾ ਤਾਂ ਦਹੀਂ ਕੇ ਸਾਥ, ਦਹੀਂ ਵਾਲਾ ਨਹੀਂ। ਹਾਂ ਦਹੀਂ ਦੇ ਦਿਓ, ਦਹੀਂ ਦੇ ਦਿਓ, ਉਸਕੇ ਬਾਅਦ ਨਾਸ਼ਤਾ ਕਰਨ ਕੇ ਬਾਅਦ ਚਾਏ ਦੇ ਦਿਓ। ਹਾਂ ਉਸਕੇ 80 ਰੁਪਏ ਦੇ ਆ, ਉਹਦੇ ਵਿੱਚ 2 ਪੀਸ ਹੈ ਔਰ ਦਹੀਂ ਦੇ ਨਾਲ ਹੀ ਕਰਦੇ। ਮਤਲਬ ਇਹਨਾਂ ਦੇ ਰੇਟ ਵਗੈਰਾ ਵੀ ਮੈਨੂੰ ਕਾਫੀ ਸਹੀ ਲੱਗੇ, ਮੈਂ ਰਾਤ ਵੀ ਆਇਆ ਸੀਗਾ। ਰੋਟੀ ਤੋਂ ਬਾਅਦ ਇੱਧਰ ਆ ਗਈ ਆਪਣੀ ਚਾਹ, ਪਰੌਂਠੇ ਆਪਾਂ ਚੱਕਦੇ। ਵੈਸੇ ਕਹਿੰਦੇ ਰੋਟੀ ਤੋਂ ਬਾਅਦ ਜਿਹੜੀ ਚਾਹ ਆ ਉਹ ਪੀਣੀ ਨਹੀਂ ਚਾਹੀਦੀ, ਪਰ ਕੀ ਕਰੀਏ, ਜੱਟਾਂ ਦੇ ਮੁੰਡੇ 10ਵੀਂ ਹੀ ਕੀਤੀ ਆ, ਮੋਟਰਾਂ ਤੇ ਬੈਠ ਬੈਠ ਬੜੀ ਚਾਹ ਪੀਤੀ ਆ। ਚਾਹ ਬਿਨਾ ਨਾ ਜਿਹੜਾ ਗੱਲ ਜੀ ਬਣਦੀ ਨਹੀਂ, ਦਹੀਂ ਖਾਣ ਤੋਂ ਬਾਅਦ ਜਾਂ ਖਾਣਾ ਖਾਣ ਤੋਂ ਬਾਅਦ ਵੈਸੇ ਨਹੀਂ ਪੀਣੀ ਚਾਹੀਦੀ, ਮੈਂ ਬਹੁਤ ਕੋਸ਼ਿਸ਼ ਕਰਦਾ ਹੁੰਦਾ, ਪਰ ਫਿਰ ਵੀ ਕਦੇ ਕਦੇ ਨਾ ਜਿਹੜੀ ਪੀਤੀ ਜਾਂਦੀ ਹੈ। ਚੱਲੀਏ ਹੁਣ ਕੰਨਿਆਕੁਮਾਰੀ ਵੱਲ ਨੂੰ, ਮਤਲਬ ਮੇਨ ਜਗ੍ਹਾ ਤੇ। ਹੁਣ ਆਪਾਂ ਜਾਵਾਂਗੇ ਜਿਹੜਾ ਵਿਵੇਕਾਨੰਦ ਮੈਮੋਰੀਅਲ ਆ, ਪਹਿਲਾਂ ਆਪਾਂ ਬਿਲਕੁਲ ਕਿਨਾਰੇ ਤੇ ਚੱਲਦੇ ਹਾਂ ਔਰ ਉੱਥੋਂ ਜਿੱਥੇ ਧਰਤੀ ਖਤਮ ਹੁੰਦੀ ਆ ਉਹ ਦਿਖਾਉਂਦੇ ਹਾਂ। ਵੈਸੇ ਤਾਂ ਖੈਰ ਮਤਲਬ ਸਾਊਥ ਅਫਰੀਕਾ ਤੋਂ ਜ਼ਿਆਦਾ ਨੇੜੇ ਹੋਊਗਾ ਅੰਟਾਰਟਿਕਾ ਇਹਦੇ ਮੁਕਾਬਲੇ, ਬਹੁਤ ਸਾਰੀਆਂ ਕੰਟਰੀ ਜਿੱਦਾਂ ਹੋਣ। ਇਹਦੇ ਬਿਲਕੁਲ ਸਾਹਮਣੇ ਕੋਈ ਵੀ ਕੰਟਰੀ ਨਹੀਂ ਹੈਗੀ, ਬਿਲਕੁਲ 8000 ਕਿਲੋਮੀਟਰ ਲੰਬਾ ਇੱਕ, ਮਤਲਬ ਸਾਹਮਣੇ ਤੁਹਾਨੂੰ ਸਮੁੰਦਰ ਦੇਖ ਗਿਆ ਹੋਣਾ। 8000 ਕਿਲੋਮੀਟਰ ਲੰਬੇ ਦੇ ਵਿੱਚ ਇੱਕ ਵਾਰ ਛੋਟਾ ਜਿਹਾ ਆਈਲੈਂਡ ਆਉਂਦਾ, ਉਹ ਵੀ ਉੱਥੇ ਪਤਾ ਨਹੀਂ ਕੋਈ ਰਹਿੰਦਾ ਰੁਹਦਾ ਨਹੀਂ ਮੇਰੇ ਹਿਸਾਬ ਨਾਲ, ਤਾਂ ਕੁਛ ਵੀ ਨਹੀਂ ਹੈਗਾ। ਉਹ ਵੀ ਗੱਡੀ ਪਾਰਕਿੰਗ ਕਰਤੀ ਆਪਾਂ ਇੱਥੇ, ਤੇ ਇੱਥੋਂ ਜਾਣਾ ਪੈਣਾ 200-300 ਮੀਟਰ ਤੁਰ ਕੇ ਮੁੰਡਰ ਵਾਲੇ ਪਾਸੇ ਨੂੰ। ਕਹਿ ਸਕਦੇ ਬੀਚ ਪਤਾ ਨਹੀਂ ਹੈਗੀ ਹੈ ਕਿ ਨਹੀਂ, ਇੱਥੇ ਕਿੱਦਾਂ ਦੀ ਆ ਕਹਿ ਨਹੀਂ ਸਕਦੇ। ਦੇਖੋ ਇੱਧਰ ਆ ਗਿਆ ਜੀ ਟੂਰਿਸਟ ਆਫਿਸ, ਦੁਕਾਨਾਂ ਦੁਕਾਨਾਂ ਦੀ ਹਲੇ ਤਿਆਰੀ ਚੱਲ ਰਹੀ ਹੈ ਇਸ ਟਾਈਮ ਨਾ, ਸਵੇਰੇ ਸਵੇਰੇ ਹਲੇ ਕਿਸੇ ਨੇ ਵੀ ਹਲੇ ਲਾਇਆ ਨਹੀਂ ਟੂਰਿਸਟ ਆਫਿਸ ਕੰਨਿਆਕੁਮਾਰੀ। ਇੱਦਾਂ ਦੇ ਸਰਕਾਰੀ ਆਫਿਸ ਤਾਮਿਲਨਾਡੂ ਦੇ ਵਿੱਚ ਕਈ ਥਾਵਾਂ 'ਤੇ ਮੈਂ ਦੇਖੇ ਆ। ਆਹ ਦੇਖੋ ਇੱਧਰ ਦਾਲਚੀਨੀ ਪਤਾ ਨਹੀਂ ਕੀ ਕੁਛ, ਮਤਲਬ ਉੱਦਾਂ ਦੀਆਂ ਲਾਈਚੀਆਂ ਲੂਚੀਆਂ ਲਾਈ ਖੜੇ ਆ, ਹਲੇ ਸਵੇਰੇ ਸਵੇਰੇ ਤਿਆਰੀ ਚੱਲ ਰਹੀ ਆ। ਇਹ ਆ ਗਿਆ ਆਪਾਂ ਬਿਲਕੁਲ ਕਲੋਜ਼, ਇਹ ਯਾਰ ਚਰਖਾ ਬਣਿਆ ਹੋਇਆ, ਮੈਨੂੰ ਕੋਈ ਗਾਂਧੀ ਦਾ ਮੈਮੋਰੀਅਲ ਲੱਗ ਰਿਹਾ ਇਹ, ਕਿਉਂਕਿ ਚਰਖਾ ਮਤਲਬ ਮਹਾਤਮਾ ਗਾਂਧੀ, ਇੱਦਾਂ ਹੀ ਕੁਛ ਸੀਨ ਹੋਣਾ ਮੇਰੇ ਹਿਸਾਬ ਨਾਲ। ਬਾਕੀ ਦੇਖਦੇ ਹਾਂ, ਚਲੋ ਆਪਾਂ ਫਿਲਹਾਲ ਤਾਂ ਐਂਡ ਪੁਆਇੰਟ 'ਤੇ ਚੱਲੀਏ ਜਿਹੜਾ ਕਿ ਦੇਖਣਾ ਜ਼ਰੂਰੀ ਆ।
क्योंकि इधरों हम सीधा जिन्ना मर्जी सीधा हो जाओ जो मर्जी कर लो एंड ते थोड़ी टक्कर जिहड़ी है ना अंटार्कटिका नाल ही जाके वजनी है। इतों तकरीबन 8-9 हज़ार किलोमीटर दूर, मतलब इतों बाय फ्लाइट भी, मतलब जो बंदा जाऊ, वैसे तो मैं जाती नहीं कोई उदा, मैं जस्ट गल कर दाँगी वो परसनल फ्लाइट लैके भी ये चल जूगा। 10 घंटे की फ्लाइट होगी फिर जाके तुसी अंटार्कटिका के बॉर्डर नाल टच होवोंगे। इन्ना वड्डा समुंदर है इंडियन ओशन। ये मैं तुम्हें दस रहा है कन्याकुमारी का दूजा ना द वर्जन प्रिंसेस भी इस शहर को कहा जाता। पहले ही इतने मतलब मंदिर भी है द वर्जन गॉडनेस का। कन्याकुमारी का जिम्मे मतलब कहाँ तो वह ही मतलब आ द वर्जन प्रिंसेस। ओहो बहुत तेज लहर है इतने, करंट देखो वाटर का जो करंट है ना देख सकते हो, उधर देखो टकराऊगा ना जो आगे हम पता लगेगा। बहुत तेज करंट है, बहुत इना तेज करंट आए दी लहर टकर आके इथों तक छिटे आ रहे हैं पानी दे लो हवा ना, क्योंकि हवा बहुत तेज चलती है इतने। इतने बीच तक कामयाब नहीं है यार, जिन्ना मर्जी रेनी सीजन ना हो भी मैं लगता इतने करंट बहुत तेज ही रहा हूं। नजायज आ कुछ वह पत्थर करके जो टक्कर वजदी है पानी होर भी ज्यादा जरा ना भयानक रूप लै लें। मतलब इन्ना तेज करंट हाले तक तो नहीं देखा कितने भी, अंडमान के देखा सी पर उस तो भी ज्यादा खतरनाक। अज मौसम बड़ा वधिया, मौसम हमेशा ही एक चंगा रोल अदा करता किसी भी चीज़ में सोहना या माड़ा दिखाने के। मौसम अच्छ बड़ा ही शानदार है, वो करके हो सकता है कि ये बहुत ज्यादा वधिया लग रहा है। हमने जो देख रहा है ये परले पास विवेकानंद मेमोरियल और जो स्टैचू है थिरुवल्लुवर, जो मैं गलत प्रोनाउंस ना कर रहा हाँ तो थिरुवल्लुवर मोन्यूमेंट आ सो स्टैचू है वह चलते हैं इतों जाने का देखते हैं भी की प्रबंध है भाई इतने। श्री आदि शंकराचार्य जी का मंदिर पर इन्हू फिलहाल तो ताला लग्या हो, पता नहीं कदों कोई टाइम होना है खोलन का, फिलहाल खुला नहीं है। बीच के किनारे दे ना इदा दीज़ा बहुत ज्यादा विकदिया होंगे शंख शुंख इदा चीज़ें वादिया। नहीं थैंक यू भैया, नहीं थैंक यू जाने लई बई जी बोट वगैरह शिप वगैरह चल दी इधरों चल दी उत्थे जाना पैना मैनू। मैपते मैं देखा अच्छा यही दिखा रहा, मैं भी कहां कि वो नेड़े कोई होर आइलैंड का दिखा नहीं रहा, पर मतलब गैप कि आही गैप है, मतलब ये थोड़ा जहा इधर पानी है फिर विचाले कि पोर्ट जहा बनाया है छोटा जहा छोटिया बोट्स वगैरह लई तो उतो फिर वो लोड होकर जी जाती है। तो यह मार्केट है इन्हों की पिछले पास राह उधरों राह है नहीं इतने आ देखो फिर आ गया श्री राम देव पंजाबी ढाबा, वो सामने एक पंजाबी ढाबा, बहुत सारा पंजाबी ढाबे का जो ना कल्चर आ ये लगभग मतलब ऑल ओवर द इंडिया ही मिलेगा थानू, इदा नहीं कला मैं इतने कह रहा नॉर्थ तो चल के साउथ के एंड तक आ गए इस अगे तो हम इंडिया भी है नहीं गा, सारे पास पंजाबी ढाबा पंजाबी ढाबा जोड़ा हैगा आ विवेकानंद मेमोरियल वाले पास। थैंक यू आप आ गए टिकट काउंटर तो अंकल पिछे ही पै गया से प्यार ना फिर उस तो बाद बोलता फिर इंग्लिश भी बोलन लग जाते, मतलब उन्होंने लगता भी इंग्लिश बोलेंगे शायद लगेगा यार, मतलब ठीक है मतलब बेचना चाहिए आपका समान जो भी है पर धक्का नहीं। टिकट काउंटर फेरी टिकट 50 रुपये आती है अप एंड डाउन है भाई, फेरी टिकट अप एंड डाउन 50 रुपये लैके भी जाऊगी तो वापस भी इतें ही छड़ दूगी, इधर लगी हुई है लाइन सारी फेरी चढ़ना वाले। इधरों आ गए बाहर इतने सारिया लगिया हुई बाकी काम ठीक है लाइन लवाती है हूं आऊगी तो फिर चढ़ते तुरती है लैन ते अगे एक बकेट जी रखी हुई है वड्डी सारी उस जैकट चको ते बैठी जाओ, जैकटा चकन लई बहुत हाहाकार मच गई है भाई इतने तो आगे हम धौन जी बिलकुल नहीं हिल सकती एक आनंद तक नहीं हिलती भीड़ इन्नी आ सो जगह बची नहीं बैठने लई सो खड़े हो आंटी खड़ जाओ
आंटी बड़ी गाड़ी सी। पहुंच गए हैं ते खोका भाई साहब ने लाता कि जिहड़ियां लाइफ जैकेट्स आ बाहर रखनी है। बच के जाना पैना भाई, बच के पीछे देख आ जा। ते आउंदी वारी फिर इसे ही टोकरी तो जिहड़ियां लाइफ जैकेट्स जैकेट्स आ चक लेनियां। ओ चलो जी, ये आ गया विवेकानंद रॉक मेमोरियल। थूमर पार निशेत एदी एक टिकट आ भाई अलग तो लेनी पड़ी। एंट्री थैंक यू। काफी प्यारा बनया हुआ यार, जोड़े जमा करते हैं। ये मंदिर है एक, ये फ्री ऑफ चार्ज है जोड़े है जड़े। बनया बड़ा शानदार है, अभी देख सकते हो। बड़ा वधिया लग रहा, पिछे व्यू ही तुसीं देख सकते हो। क्या दिखाना तुम पिछे कैमरे का। जी मंदिर तुहानू दर्शन कराने अंदरों। अच्छा फोटोग्राफी जिहड़ी आ प्रोहिबिटेड आ भाई, ये अंदर फोटो वगैरह तुसीं नहीं खिंच सकते। सो बाहरों ही मैं थोड़ा दिखा देना, बाकी मैं अंदर जाके आ रहा हूं। मेरा मन है पर फिर भी मैं थोड़े लिए थोड़ी जी ले लेना। एक कन्याकुमारी सी जी पैर का निशान है। सो इतने जी कन्याकुमारी सी मतलब द वर्जिन प्रिंसेस जिन्होंने कहा जाता। सो वह जरा मतलब पैर का निशान है इतने। इतने एक मंदिर बनया, लोग आते मत्था टेकते हैं, बड़े दूरों दूरों लोग श्रद्धा भावना आते हैं इतने। पर अंदर फोटोग्राफी ते वीडियोग्राफी जी अलाउ नहीं सी, भाई ने मैंने रोकता से उत्थे लिखा भी हुआ। सो मैं फिर नहीं बनाई, मतलब थोड़ी जी वैसे मैं बना ली यार, क्योंकि फिर भाई कौन आ, क्योंकि मैं एक बार बंगलादेश दे विच सीगा। सो उत्थे मैंने मतलब मैं एक मंदिर दे विच गया, उस टाइम कुछ चल रहा सीगा, पूजा की तैयारी सी, तो वो सानू मना करता सीगा भी 25 मिनट हले रुक जाओ, अद्धा घंटा कुछ है ना। पर मैं उदो शाम हो रही सी, मैं किसी दे नाल गया होया सीगा, मैं उहदे नाल ही वापस जाना सीगा, पर मैं उत्थों फिर भी दिखा के आ गया। भाई तू गया नहीं भाई, जे मेरे च इन्या ही कुछ इदा हों, सो फिर मैं जाता क्यों उ, इदा का कोई वो सीन नहीं सी। मैं गया ही ता कि हाँ मैं दिखा सकता, सो यह कारण। इतने हूँ फोटोग्राफी अलाउ नहीं सी, नहीं तो मैं थोड़ा जरूर अंदर दिखाता, पर फिर भी थोड़े लिए थोड़ा बहुत मैं बनाया। पर यह यार व्यू आना जरा कोई मुकाबला नहीं भाई, कोई नहीं। ये बनया हुआ जी कन्याकुमारी का मंदिर, जिसे अंदर आप हमने जाके आए। सो इधर है जी विवेकानंद मेमोरियल, ये उपर हम आप जावे तो उतो थोड़ा दिखावे। पर उस तो पहला जो इधर का नज़ारा वो भी बहुत खूब है भाई, बहुत खूब है। वो सामने जो थिरुवल्लुवरम की सी जो भी मैं भुल गया यार, थोड़ा औखा मेरे लिए प्रोनाउंस करना, जो बनया हुआ। पर यदि शायद कोई कंस्ट्रक्शन वगैरह या रिपेयर चल रही है, कंस्ट्रक्शन नहीं शायद, क्योंकि पहला तो फोटोज़ के मैं देखा तो आ चीज़ा नहीं लगी हुई थी। हम कोई रिपेयर वगैरह या कोई वर्क चल रहा होना। चलो आप विवेकानंद मेमोरियल वाले पास चलते हैं, उत्ते बहुत शानदार शानदार फोटोज आनी है। वापस आके खिंचते हैं, पहला जा ही उ फोटोग्राफी इतने भी अलाउ नहीं हैगी, फोटोग्राफी स्ट्रिक्टड आ। सो खैर जो भी आ, अंदर जाके मैं आना तो फिर थोड़ा दसदा भी अंदर की है की नहीं। तो ये कुछ पर इधर का व्यू आ, गेट है जी बड़ा ही शानदार जहा बनया हुआ। तो ये अंदर जाना आप इतों, पर फोटोग्राफी इस तो अंदर अलाउ नहीं हैगी। सो 1892 के मुताबिक स्वामी विवेकानंद जे इतने आए थे, उन्होंने याद में जो ये मोन्यूमेंट है ये बनाया गया होया। ये मतलब विवेकानंद रॉक मेमोरियल एंड इवेंट केंद्र, मतलब ये सेंट्रल एंड स्टेट गवर्नमेंट्स, मतलब इन्होंने कंट्रीब्यूशन की होगी। आंध्र प्रदेश, अरुणाचल प्रदेश, असम, बिहार, दिल्ली, गुजरात, गोवा, दीव, दमन, हरियाणा, हिमाचल, जम्मू, केरला, कर्नाटका, मध्य प्रदेश, पांडुचेरी, पंजाब, पंजाब ने किन्ना किया 1,00,000, राजस्थान, सिक्किम, तमिलनाडु, उत्तर प्रदेश, वैसट बंगाल, सारे ने जो कंट्रीब्यूशन किया। सेंटर गवर्नमेंट ने 1,500,000 किया, बाकी किसी ने उत्तर प्रदेश ने 1,50,000, पंजाब ने भी 1,00,000, किसी ने 1,25,000, तकरीबन सेम जहा सारे ने जो कंट्रीब्यूशन किया। पब्लिक इतों के लोगों ने जोड़ा किया वो देख लो,
पंजाब चो भी 324,349 उस टाइम मतलब पुराना ही है यार। चलिए वापस वे आउट। ਉੱਥੇ ਲਿਖ ਕੇ ਲਾਇਆ ਵੀ ਹੋਇਆ ਤ੍ਰਿਵਲਵਰ ਸਟੈਚੂ ਆ ਜਿਹੜਾ ਉਹਦੇ ਲਈ ਫੈਰੀ ਜਿਹੜੀ ਆ ਸਸਪੈਂਡ ਕੀਤੀ ਗਈ ਆ, ਕੰਸਟਰਕਸ਼ਨ ਵਰਕ ਚੱਲ ਰਿਹਾ ਉਹਦੇ ਕਰਕੇ, ਅਤੇ ਬਾਕੀ ਆਪਣੀ ਫੈਰੀ ਆ ਗਈ ਆ ਅਤੇ ਪਹਿਲਾਂ 'ਚ ਲੋਕ ਉਤਰਨਗੇ, ਫਿਰ ਆਪਾਂ ਚੱਕ ਚੱਕ ਜੈਕਟਾਂ ਜਿਹੜੀਆਂ ਉਹਦੇ ਵਿੱਚ ਪਾਉਣਗੇ ਟੋਕਰੀ ਦੇ, ਉਹੀ ਜੈਕਟਾਂ ਆਪਾਂ ਚੱਕ ਕੇ ਚੜ੍ਹ ਜਾਵਾਂਗੇ। ਇੱਥੇ ਮੱਝ ਗਈ ਆ ਪੂਰੀ ਭਗਦੜ, ਉਹ ਤੇਰੀ ਉੱਤੋਂ ਹਿੱਲ ਰਹੀ ਆ, ਲਹਿਰਾਂ ਬੜੀਆਂ ਤੇਜ਼ ਆ, ਹਿੱਲ ਰਹੀ ਆ, ਉੱਤੋਂ ਲੋਕ ਕਾਲੀ ਕਰ ਰਹੇ ਆ ਉਹਦੇ ਕਰਕੇ। ਹੁਣ ਪਹੁੰਚ ਰਹੇ ਹਾਂ ਬਾਹਰ ਅਤੇ ਫਿਰ ਚੱਲਦੇ ਹਾਂ। ਅੱਜ ਜਿਹੜਾ ਪਲੈਨ ਕੀ ਆ, ਮੇਰਾ ਇਰਾਦਾ ਕਿ ਅੱਜ ਕੰਨਿਆ ਕੁਮਾਰੀ ਜਿਹੜਾ ਨਾ ਹੀ ਰੁਕਿਆ। ਲਓ ਵੀ ਪਾਣੀ ਮੈਂ ਗੱਡੀ 'ਚ ਭੁੱਲ ਗਿਆ ਸੀਗਾ, ਸੋ ਚੱਲੀਏ ਪਹਿਲਾਂ ਗੱਡੀ ਵੱਲ ਨੂੰ ਅਤੇ ਪਾਣੀ ਪੂਣੀ ਪੀਏ। ਬਹੁਤ ਪਿਆਸ ਲੱਗੀ ਔਰ ਉੱਥੇ ਕੁਛ ਵੀ ਨਹੀਂ ਸੀ, ਮੈਨੂੰ ਲੱਗਦਾ ਸੀ ਉੱਥੇ ਚੱਲ ਕੁਛ ਹੋਊਗਾ ਪਰ ਉੱਥੇ ਕੁਛ ਵੀ ਨਹੀਂ ਸੀਗਾ, ਟਾਈਮ ਲੱਗ ਗਿਆ ਜ਼ਿਆਦਾ ਅਤੇ ਗਾੜਾ ਗਿਆ ਸੁੱਕ। ਭਾਈ ਪਾਣੀ ਵਾਲਾ ਤਾਂ ਨਹੀਂ ਮਿਲਿਆ, ਗੰਨੇ ਦਾ ਰਸ ਵਾਲਾ ਮਿਲ ਗਿਆ। ਗੰਨੇ ਦਾ ਜੂਸ ਪੀਏ, ਰੋਹ ਪੀਏ, ਰਸ ਪੀਏ, ਜੋ ਵੀ ਬਣਾ ਕੇ ਰੱਖਿਆ ਹੋਇਆ ਬਈ ਪਹਿਲਾਂ ਹੀ ਤਿਆਰ। ਲਓ ਜੀ ਉਹ ਸੁੱਕ ਗਿਆ ਸੀ ਜਲ, ਵੈਸੇ ਮੇਰੇ ਪੱਥਰੀ ਕਰਕੇ ਮੈਨੂੰ ਥੋੜ੍ਹਾ ਪਾਣੀ ਵੱਧ ਪੀਣਾ ਚਾਹੀਦਾ। ਲਓ ਜੀ ਆ ਗਏ ਆਪਾਂ ਆਪਣੀ ਰਾਣੀ ਕੋਲ,